ਸ਼ਰਤ ਹੁੰਦੀ ਸੀ ਵੀ ਪੰਜ ਘਰ ਪਸਾਓ, ਪੰਜ ਘਰਾਂ 'ਚ ਦੂਹੇ ਦੋਹਾਂ ਦਿਖਾਓ। ਵੀ ਮੇਰੇ ਨਾਂ ਦੇ ਉੱਪਰ ਪੰਡਿਤ ਦਾ ਨਾਂ ਰੱਖੋਗੇ ਤੇ ਮੈਂ ਦਰਖਾਸਤ ਤੁਹਾਨੂੰ ਦਿਆਂਗੇ ਤੇ ਨਹੀਂ ਦਿੰਦਾ। ਵੀ ਇੱਥੇ ਨਾ ਤਾਂ ਬਲੈਕੀ ਹੈ, ਨਾ ਇੱਥੇ ਕੋਈ ਬਦਮਾਸ਼, ਇਹ ਚੌਕੀ 'ਚ ਕੋਰਾ ਕਾਗਜ਼। ਤੁਸੀਂ ਜਿਸ ਕਮਰੇ 'ਚੋਂ ਗਏ ਹੋ ਨਾ, ਨੰਗ ਕੇ ਅੰਦਰ ਗਏ ਹੋ, ਤਾਂ ਵਾਪਸ ਮਤਲਬ ਉਸ ਕਮਰੇ ਦਾ ਤਾਂ ਬੂਹਾ ਤੁਹਾਨੂੰ ਨਹੀਂ ਮਿਲੇਗਾ। ਇੱਧਰੋਂ ਹੀ ਜੱਥਾ ਆਉਂਦਾ ਸੀ, ਇੱਧਰੋਂ ਹੀ ਆਉਂਦਾ। ਸਾਡੇ ਪਿੰਡ ਦੇ ਨਾਂ ਤਾਂ ਕਿਸੇ ਨੇ ਲੁੱਟਿਆ, ਨਾ ਕਿਸੇ ਕੋਲ ਕੁਝ ਖੋਇਆ। ਬਾਪੂ ਜੀ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਡੂੰਗਰ ਰਾਮ। ਡੂੰਗਰ ਰਾਮ ਸ਼ਰਮਾ। ਸ਼ਰਮਾ, ਜਦੋਂ ਤੁਸੀਂ ਛੋਟੇ ਹੈਗੇ ਸੀ, ਹਾਂਜੀ, ਕੀ ਇਸ ਪਿੰਡ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਸੀਗੇ? ਅਸੀਂ ਇਹ ਡੱਬੂ ਵਾਲੀ ਪਿੰਡ ਹੈ, ਇੱਥੋਂ 2 ਕਿਲੋਮੀਟਰ ਦੂਰ। ਉਹ ਪਾਕਿਸਤਾਨ 'ਚ ਹੈ ਕਿ ਇੰਡੀਆ 'ਚ ਹੈ? ਉਹ ਪਾਕਿਸਤਾਨ ਅਤੇ ਬਹਾਵਲਪੁਰ ਦੀ ਰਿਆਸਤ ਲੱਗਦੀ ਹੈ ਨਾਲ। ਹਾਂਜੀ, ਅਸੀਂ 2 ਮੁੰਡੇ ਇੱਥੋਂ, ਫੁੱਸਾ ਰਾਮ ਅਤੇ ਮੈਂ, ਅਸੀਂ ਡੱਬੂ ਵਾਲੀ ਪੜ੍ਹਨ ਜਾਂਦੇ ਸੀ। ਅੱਛਾ, ਉੱਥੇ ਸਕੂਲ ਦੇ ਵਿੱਚ ਪੜ੍ਹਨ ਜਾਂਦੇ ਹੁੰਦੇ ਸੀ? ਹਾਂ, ਸਕੂਲ ਨਹੀਂ ਸੀ ਉੱਥੇ, ਉਹਨੂੰ ਗੁਰੂ ਜੀ ਕਹਿ ਦਿਓ, ਉਹ ਪੜ੍ਹਾਉਂਦੇ ਸੀ। ਅਸੀਂ ਫੱਟੀ ਅਤੇ ਬੋਰੀ, ਕੱਠ ਦੀ ਫੱਟੀ ਬੋਰੀ, ਕੱਛ 'ਚ ਪਾਣੀ ਦੇ ਚੱਲ ਪੈਣਾ, ਅਤੇ ਸਲੇਟ ਅਤੇ ਸਿੱਕਾ ਹੁੰਦਾ ਸੀ, ਉਹ ਬੈਟਰੀ 'ਚ ਕੱਢਣ ਵਾਲਾ, ਲੀਕਾ ਕਾਲੇ ਰੰਗ ਦਾ। ਹਾਂ ਹਾਂਜੀ, ਅਤੇ ਸ਼ਹੀਦੀ ਦੁਆ 'ਤੇ ਕਲਮ ਉਹ ਬਣਾ ਕੇ ਦਿੰਦਾ ਸੀ। ਅੱਛਾ, ਇਹ ਪਿੰਡ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹੈਗੇ ਸੀ ਜਾਂ ਸਿਰਫ ਹਿੰਦੂ ਜਾਂ ਸਿੱਖ ਹੈਗੇ ਸੀ? ਭਾਈਚਾਰਾ ਇਹ ਚੂੜੀ ਵਾਲਾ ਚਿਸ਼ਤੀ ਹੈ ਨਾ? ਹਾਂਜੀ, ਨਾਲ ਹੀ ਪਿੰਡ ਹੈ ਚੂੜੀ ਵਾਲਾ ਚਿਸ਼ਤੀ। ਇੱਥੇ ਦਾ ਪੀਰ ਸਾਹਿਬ ਸੀ, ਇਹਦੇ 4-5 ਪਿੰਡ ਸੀ। ਅੱਛਾ ਜੀ, ਸ਼ਾਹ ਸਵਾਰ, ਚੂੜੀ ਵਾਲਾ ਅਤੇ ਕਾਦਰ ਸੀ। ਹਾਂਜੀ, ਪੱਕਾ। ਅਤੇ ਇੱਥੇ ਉਹ ਪੀਰ ਸਾਹਿਬ ਸੀ ਨਾ? ਹਾਂਜੀ, ਉਹ ਇੱਥੇ ਦਰਬਾਰ ਲਾਉਂਦਾ ਸੀ, ਚੂੜੀ ਵਾਲੇ। ਚੂੜੀ ਵਾਲੇ ਦਰਬਾਰ ਲਾਉਂਦਾ ਸੀ, ਮਤਲਬ ਫੈਸਲੇ ਕਰਨ ਵਾਸਤੇ? ਪੀਰ ਹੁੰਦਾ ਸੀ, ਉਹ ਫੈਸਲੇ ਕਰਦਾ ਸੀ। ਹਾਂਜੀ, ਕਿਉਂਕਿ ਜਦੋਂ ਚੋਰੀਆਂ ਬਹੁਤ ਹੁੰਦੀ ਸੀ, ਵੀ ਜਿਵੇਂ ਸਾਡੇ ਬਲਦ ਕੱਢ ਲੈ ਗਏ, ਮੱਝਾਂ ਕੱਢ ਲੈ ਗਏ, ਰਾਤ ਨੂੰ ਚੋਰ ਗੱਡਿਆਂ ਦੇ ਜਾਂਦੇ ਸੀ ਨਾ, ਅਤੇ ਉਹ ਜੂੜਿਆਂ 'ਤੇ ਇੱਕ ਨੇ ਬੰਦੇ ਨੂੰ ਚੱਕ ਲੈਣਾ ਅਤੇ ਇੱਕ ਬਲਦ ਕੱਢ ਲੈਣਾ, ਅਤੇ ਬੀੜ ਹੁੰਦੇ ਸੀ ਲੈ ਜਾਣਾ। ਅੱਛਾ, ਸਵੇਰੇ ਫਿਰ ਇੱਥੋਂ ਪਰੇ ਜਾਣੀ, ਪੰਚਾਇਤੀ ਜਿਹਨੂੰ ਆਪਾਂ ਕਹਿੰਦੇ ਹਾਂ। ਹਾਂਜੀ ਹਾਂਜੀ, ਇਹ ਪੀਰ ਕੋਲ ਬਈ ਸਾਡੀ ਚੋਰੀ ਹੋ ਗਈ, ਅਤੇ ਖੋਜੀ ਹੁੰਦੇ ਸੀ, ਉਹ ਖੁਰਾ ਕੱਢ ਦਿੰਦੇ ਸੀ ਬਈ ਇਹ ਪੀਰ ਕੋਲ ਗਏ ਤੁਹਾਡੇ ਪਸ਼ੂ। ਅੱਛਾ, ਉਹ ਖੋਜੀਆਂ ਦੇ ਖੋਜੀ ਹੁੰਦੇ ਸੀ, ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਇਹਨੇ ਕਿਹੜੇ ਬੰਦੇ ਕਿੱਥੇ ਕਿਸ ਬੰਦੇ ਦੇ ਆ। ਉਹ ਕਹੇ ਮਹਾਰਾਜ, ਪੀਰ ਸਾਹਿਬ ਸਾਡੀ ਬੋਤੀ ਜਾਂ ਮੱਝਾਂ ਜਾਂ ਗਾਈਆਂ ਬੈਲ ਬਈ ਚੋਰੀ ਹੋ ਗਏ। ਹਾਂਜੀ, ਅਤੇ ਤੁਹਾਡੇ ਆ ਗਏ। ਉਹ ਕਹਿੰਦੇ ਬਈ ਕੌਣ ਆਇਆ ਨਾਲ? ਅਤੇ ਇੱਥੋਂ ਦਾ ਇੱਕ ਚੌਧਰੀ ਸੀ ਉਮਾ ਰਾਮ, ਇੱਕ ਰਾਮ ਰੱਖ, ਜਿਨ੍ਹਾਂ ਦੀ ਉਹ ਮੰਨਦੇ ਸੀ। ਇੱਕ ਪੱਕੇ ਦਾ ਹੁੰਦਾ ਸੀ ਖਜ਼ਾਨ ਛੱਪੜਾ, ਉਹ ਜਿਹੜੇ ਛੱਪੜੇ ਆ ਨਾ ਹਾਜ਼ਰ ਕਰਨ ਦੇ, ਹਾਂ ਮੋਹਨ, ਹਾਂਜੀ ਹੰਸਰਾਜ ਛੱਪੜੇ, ਇਹਨਾਂ ਦਾ ਬਾਪ ਹੁੰਦਾ ਸੀ ਖਜ਼ਾਨ। ਅੱਛਾ, ਪਗੜੀ ਬੰਨਦਾ ਸੀ ਪੱਕੇ ਦਾ। ਉਹਦੇ ਪੀਰ ਮਤਲਬ ਚੌਧਰੀ ਉਮਾ ਰਾਮ, ਇੱਥੇ ਇੱਥੋਂ ਦਾ ਜਨਮ ਹੈ। ਉਹਦਾ ਮੰਨਦੇ ਵੀ ਉਮਾ ਰਾਮ ਕੀ ਕਿਵੇਂ ਆਇਆ, ਅਤੇ ਉਹ ਕਹਿੰਦਾ ਸੀ ਵੀ ਸਾਡੀ ਰੋਟੀ ਚੋਰੀ ਹੋ ਗਈ,
ਅਤੇ ਪੀਰ ਸਾਹਿਬ ਤੁਹਾਡੇ ਕੋਲ ਆ ਗਏ, ਗਰੀਬ ਬੰਦਾ, ਅਤੇ ਉਹ ਕਹਿ ਦਿੰਦਾ ਸੀ ਚਲੋ ਇੱਥੋਂ ਮੇਰੇ ਪਿਛਵਾੜੇ ਨੂੰ ਕੋਈ ਹੋਰ ਦੇ ਦਿਓ, ਇਹਨੂੰ ਡੱਗੀ ਵੱਛੀ ਕੋਈ ਮੱਝ ਜਾਂ ਕੋਈ ਬੋਤੀ ਅੱਛਾ ਫੜਾ ਦਿਓ, ਉਹ ਕਿਸੇ ਕੁੱਤਿਆਂ ਕੋਲ ਮੈਂ ਬਾਲਾਂਗਾ ਅਤੇ ਤੁਹਾਨੂੰ ਮਿਲ ਜਾ ਸੀ, ਬਸ ਇੰਨਾ ਕਹਿੰਦੇ ਆ ਜਾਂਦੇ ਸੀ। ਫਿਰ ਓਡ ਆਉਂਦੇ ਸੀ ਇੱਧਰੋਂ, ਓਡ ਮੀਨਸ ਭੇਡਾਂ ਵਾਲੇ, ਚਰਾਉਣ ਵਾਲੇ। ਅੱਛਾ ਜੀ। ਮੁਸਲਮਾਨ ਉਹ ਕਹਿੰਦੇ ਸੀ ਵੀ ਸਾਡੇ ਛੋਲਿਆਂ 'ਚ ਨਾ ਵਾੜ ਜਾਂ ਸਾਡੀ ਕਣਕ 'ਚ ਨਾ ਵਾੜ, ਕਹਿੰਦੇ ਚੌਧਰੀ ਡੋਡੀ ਡੋਡੀ ਖਾ ਲੈਣਗੇ ਤਾਂ ਕੀ ਹੈ ਛੋਲਿਆਂ, ਕੀ ਕੁਝ ਨਹੀਂ ਹੁੰਦਾ, ਲਾਂਘਾ ਤੁਹਾਡਾ ਰਹਿ ਜਾਏਗਾ, ਇਹ ਬਾਕੀ ਸਾਂਭ ਲਿਆ ਜੇ, ਡੋਡੀ ਡੋਡੀ ਖਾਂਦੀਆਂ ਨੇ। ਫਿਰ ਸਾਡੇ ਪਿੰਡ ਦੇ ਤਿੰਨ ਬੰਦੇ ਸੀ, ਇੱਕ ਮੇਰਾ ਬਾਪ ਸੀ, ਇੱਕ ਅਰੂ ਕੁਮਾਰ ਸੀ, ਦੋਵਾਂ ਦੇ ਮੈਂ ਨਾਂ ਨਹੀਂ, ਇੱਕ ਜਾਖੜ ਹੁੰਦਾ ਸੀ ਬਸਤੀ ਦਾ, ਉਹ ਚੂੜੀ ਵਾਲੇ ਚਿਸ਼ਤਾ ਸੀ, ਚਿਸ਼ਤੀ ਦਾ ਸੀ। ਅੱਛਾ। ਇਹ ਮਤਲਬ ਜਦੋਂ ਦਾਖਲ ਮਾਰਦੇ ਸੀ ਨਾ ਤੇ ਉਹ ਕਹਿੰਦੇ ਵੀ ਹੁਣ ਡਾਂਗਾਂ ਵਾਲੇ ਆ ਗਏ ਤੇ ਮੋੜ ਨੱਸ ਜਾਓ, ਫਿਰ ਉਹ ਮਤਲਬ ਇੰਨੀ ਦਹਿਸ਼ਤ ਹੈਗੀ ਸੀ, ਦਹਿਸ਼ਤ ਹੈਗੀ ਸੀ ਜਾਂ ਤਕੜੇ ਹੈਗੇ ਸੀ ਸਰੀਰ ਦੇ ਵਿੱਚ, ਬਈ ਉਹ ਡਾਂਗੀ ਸੀ, ਬਈ ਉਹਨਾਂ ਨਾਲ ਲੜਨ ਨੂੰ ਤਕੜੇ ਸੀ, ਉਹ ਵੀ ਡਾਂਗੀ ਤਕੜੇ ਸੀ, ਡਾਂਗਾਂ ਰੱਖਦੇ ਸੀ। ਅੱਛਾ। ਅਤੇ ਫਿਰ ਉਹ ਵਾਪਸ ਲੈ ਜਾਂਦੇ, ਇਹ ਦਾਖਲ ਮਾਰਦੇ ਇੱਥੋਂ ਵੀ ਅਸੀਂ ਆ ਗਏ, ਅਤੇ ਉਹ ਫਿਰ ਚਲੇ ਜਾਂਦੇ। ਅੱਛਾ। ਇਹ ਪਿੰਡ ਤੁਸੀਂ ਦੱਸ ਰਹੇ ਹੋ ਖਾਨਪੁਰ, ਖਾਨਵਾਲਾ ਨਾਂ ਇਹਦਾ, ਖਾਨਵਾਲਾ ਨਾਮ ਕਿਵੇਂ ਪਿਆ, ਖਾਨਵਾਲਾ ਹੀ ਕਿਉਂ ਕਹਿੰਦੇ ਆ? ਇਹ ਜਿਹੜਾ ਖਾਨ ਸੀ ਨਾ, ਇਹ ਪੀਰ ਦੇ ਖਾਨਦਾਨ 'ਚ ਸੀ। ਅੱਛਾ। ਜਿਹੜੇ ਚੂੜੀ ਵਾਲਾ ਚਿਸ਼ਤੀ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਦੇ ਖਾਨਦਾਨ ਦਾ ਹੈਗਾ ਸੀ, ਅਤੇ ਡਾਕੇ ਜਿਹਨਾਂ ਨੇ ਅੱਗਾ ਪਿੰਡ ਵਸਾਇਆ, ਇਹ ਭੂਮੀਆਂ ਦੇ ਥਾਨ ਬਣਿਆ। ਹਾਂਜੀ। ਇਹਨਾਂ ਨੇ 125 'ਚ ਲੈ ਲਿਆ ਇਹ ਪਿੰਡ, ਅੰਗਰੇਜ਼ ਆਇਆ, ਇਹ ਜਦੋਂ ਹੈੱਡ ਬਣਿਆ ਨਾ 1947 'ਚ ਪਹਿਲਾਂ। ਹਾਂਜੀ। 47 ਤੋਂ ਪਹਿਲੇ 26 'ਚ ਬਣ ਗਿਆ ਸੀ ਹੈੱਡ। ਹਾਂ। ਸੁਲੇਮਾਨ ਕੀ, ਸੁਲੇਮਾਨ ਕੀ, ਇਹਦੇ 84 ਦਰਵਾਜ਼ੇ ਆ। ਅੱਛਾ। ਇੱਥੇ ਆਉਂਦਾ ਰਹਿੰਦੇ ਸੀ, ਅਤੇ ਫਿਰ ਉਹ 125 ਲਾਗ ਹੁੰਦੀ ਸੀ ਪਿੰਡ ਵਸਾਉਣ, ਪਿੰਡ ਕੱਟਣ ਦੀ, ਉਹ 125 ਨਹੀਂ ਭਰ ਸਕਦੇ ਸੀ ਨਾ, ਉਹ ਫਿਰ ਪਿੰਡ ਦੂਜੇ ਨੂੰ ਅਲਾਟ ਕਰ ਦਿੰਦੇ ਸੀ। ਅੱਛਾ। ਅੱਛਾ। ਸ਼ਰਤ ਹੁੰਦੀ ਸੀ ਵੀ 5 ਘਰ ਪਸਾਓ, 5 ਘਰਾਂ 'ਚ ਦੋਵਾਂ ਦਿਖਾਓ, ਉਹ ਜਿਹੜਾ ਪਿੰਡ ਚੁੱਲ੍ਹੇ ਜਗਦੇ, ਚੁੱਲ੍ਹੇ ਜਗਦੇ ਦੋਵੇਂ ਕੱਢਦੇ ਹੈ, ਠੀਕ ਹੈ, ਅਤੇ ਉਹ ਜਗਾ ਜਿਹੜੀ 125 ਉਹ ਭਰੀ ਭਰੋ, ਫੀਸ ਹੁੰਦੀ ਸੀ ਦੀ। ਅਤੇ ਇੱਥੇ ਸਾਡੇ ਧੋਖਾ ਲੱਗਿਆ 4 ਪਿੰਡਾਂ ਦਾ, ਚੂੜੀ ਵਾਲੇ ਚਿਸ਼ਤਾ, ਮੁੱਠੀਆਂ ਵਾਲੀ, ਕੇਰੀਆਂ ਅਤੇ ਖਾਨਪੁਰ, ਚਾਰਾਂ ਦਾ ਐਡਾ ਵੱਡਾ ਧੋਖਾ ਲੱਗਿਆ। ਉਹ ਪੱਥਰ ਪੱਥਰ ਲੱਗਦੀ ਬਈ ਇਹ ਤੁਹਾਡੀ ਹੱਦ ਹੈ ਚਾਰਾਂ ਦੀ। ਅੱਛਾ। ਅਤੇ ਪਿੰਡ ਦੇ ਨਾਲ ਪਿੰਡ ਵੱਸਦਾ ਸੀ, ਜਿਵੇਂ ਚੂੜੀ ਵਾਲੇ ਨਾਲ ਖਾਨਪੁਰ ਵਸਿਆ, ਨਾਲ ਕੇਰੀਆਂ ਵਸੀ, ਮੁੱਠੀ ਵਾਲੀ ਵਸੀ, ਅਤੇ ਉਹ ਧੋਖਾ ਸੁਣਦਾ ਹੈ, ਅਤੇ ਉਹ 125 ਇਹਨਾਂ ਡਾਕਿਆਂ ਨੇ ਵਰਤਾ। ਦੁੱਲਾ ਰਾਮ ਨਾਮ ਲੈ ਕੇ ਬੋਲੋ ਨੀ, ਇਹਨਾਂ ਬਾਪ ਸੀ ਸਾਰਿਆਂ ਦਾਦਾ, ਸਾਡਾ ਪੜਦਾਦਾ, ਅੱਠ ਪੀੜ੍ਹੀ ਪਹਿਲੇ 125 ਵਰਤਾ, ਅਤੇ 5 ਉਹਦੀ ਸ਼ਰਤ ਰੱਖੀ ਹੋਈ ਸੀ ਪੰਡਿਤ ਜੀ। ਹਾਂਜੀ।
ਉਹਦੀ ਸ਼ਰਤ ਰੱਖੀ ਹੋਈ ਸੀ, ਅਗਰ ਜੇ ਪਿੰਡ ਦੀ ਜੇ ਦਰਖਾਸਤ ਮੇਰੇ ਕੋਲ ਲੈਣੀ ਹੈ ਤੇ ਮੇਰੇ ਨਾਂ ਦੇ ਉੱਪਰ ਪਿੰਡ ਦਾ ਨਾਂ ਰੱਖਣਾ ਪੈਣਾ ਤੈਨੂੰ, ਨਹੀਂ ਤਾਂ ਮੈਂ ਨਹੀਂ ਬਦਲਣ ਦੇਣਾ, ਪੈਸੇ ਨਹੀਂ ਦਿੰਦਾ। ਅੱਛਾ, ਤੇ ਉਹਨੇ ਕਿਹਾ ਕੀ ਨਾਂ ਰੱਖੀਏ? ਮੈਂ ਖਾਨ, ਖਾਨ ਵਾਲਾ ਨਾਮ ਲਗਾਓ ਤਾਂ ਇਹ ਖਾਨ ਵਾਲਾ ਬਣਿਆ, ਬਾਕੀ ਕਾਗਜ਼ਾਂ 'ਚ ਖਾਨ ਵਾਲਾ ਉਸ ਤਰ੍ਹਾਂ ਮਤਲਬ ਰਿਸ਼ਤੇਦਾਰ ਬਾਈ ਬਲੀ ਖਾਨਪੁਰ ਬੋਲਦੇ ਆ, ਖਾਨਪੁਰ ਬੋਲਦੇ, ਉਹ ਖਾਨ ਦੇ ਉੱਪਰ ਨਾਂ ਦਰਖਾਸਤ ਲਈ ਨਾ, ਉਹ ਜਿਹੜੀ ਉਹਦੇ ਉੱਪਰ ਉਹਨੇ ਸ਼ਰਤ ਰੱਖੀ ਸੀ ਵੀ ਮੇਰੇ ਨਾਂ ਦੇ ਉੱਪਰ ਪਿੰਡ ਦਾ ਨਾਂ ਰੱਖੋਗੇ ਤੇ ਮੈਂ ਦਰਖਾਸਤ ਤੁਹਾਨੂੰ ਦਿਆਂਗਾ, ਨਹੀਂ ਤਾਂ ਨਹੀਂ ਦਿੰਦਾ, ਤਾਂ ਕਰਕੇ ਖਾਨ ਵਾਲਾ ਬਣਿਆ। ਰਜਾਮੰਦੀ ਹੁੰਦੀ ਸੀ ਵੀ ਇਹ 100 ਰੁਪਏ ਨਹੀਂ ਭਰ ਸਕਦਾ, ਅਸੀਂ ਭਰ ਦਿੰਦੇ ਹਾਂ, ਪਰ ਨਾ ਉਹ ਪੁਰਾਣਾ ਹੀ ਰੱਖੋ। ਅੱਛਾ ਅੱਛਾ ਬਾਜੀ, ਜਦੋਂ 47 ਦਾ ਦੌਰ ਆ ਗਿਆ, ਹਾਂਜੀ, ਉਸ ਟਾਈਮ 'ਤੇ ਤੁਹਾਨੂੰ ਪੂਰਾ ਯਾਦ ਹੋਣਾ ਕਿਉਂਕਿ 36 ਦਾ ਤੁਸੀਂ ਆਪਣਾ ਜਨਮ ਦੱਸਿਆ, ਹਾਂਜੀ ਹਾਂਜੀ, ਹੈ ਨਾ, ਅਤੇ ਉਸ ਵਕਤ ਇੱਥੋਂ ਕੋਈ ਲੋਕ ਉੱਧਰ ਗਏ ਨੇ ਪਾਕਿਸਤਾਨ ਜਾਂ ਪਾਕਿਸਤਾਨ ਤੋਂ ਇੱਧਰ ਵੇਖਿਆ ਹੋਵੇ ਤੁਸੀਂ ਕਾਫਲਾ? ਸਾਡੇ ਪਿੰਡ, ਹਾਂ, ਕਾਫਲਾ ਇਹ ਚਾਨਣ ਵਾਲੇ ਸਟੇਸ਼ਨ ਤੋਂ ਇਹ 2 ਰੇਲਾਂ ਜਾਂਦੀਆਂ ਸੀ, ਚਾਨਣ ਵਾਲੀ ਰੇਲਵੇ ਤੋਂ ਅਮਰੂਕਾ ਸਟੇਸ਼ਨ, ਅਮਰੂਕਾ ਨੇੜੇ ਹੀ ਹੈ ਪਾਕਿਸਤਾਨ ਤੋਂ, ਇੱਥੋਂ 5 ਕਿਲੋਮੀਟਰ ਸਾਰਾ, ਉਹਨਾਂ ਦੀ ਗੱਡੀ ਆਉਂਦੀ ਇੱਥੇ। ਅੱਛਾ, ਗੱਡੀ ਦੀ ਆਵਾਜ਼ ਇੱਥੇ ਸੁਣਦੀ? ਬਿਲਕੁਲ ਸੁਣਦੀ ਹੈ, ਸਟੇਸ਼ਨ ਹੈਗਾ। ਅਤੇ ਆਪਣਾ ਸਟੇਸ਼ਨ ਦੀ ਸੀ ਚਾਨਣ ਵਾਲਾ, ਚਾਨਣ ਵਾਲਾ ਅਤੇ ਮੰਡੀ ਹਜ਼ੂਰ ਸਿੰਘ, ਹਾਂਜੀ, ਅਤੇ ਅੱਗੇ ਫਾਜ਼ਿਲਕਾ, ਫਾਜ਼ਿਲਕਾ ਸੀ, ਇਹ ਫਾਜ਼ਿਲਕਾ ਬੱਸ ਹੈ, ਅਤੇ ਇੱਥੇ ਜੰਕਸ਼ਨ ਸੀ ਚਾਨਣ ਵਾਲਾ, ਜੰਕਸ਼ਨ ਹੈਗਾ ਸੀ, ਜੰਕਸ਼ਨ, ਇੱਥੇ ਇੰਜਨ ਮੁੜਦਾ ਸੀ। ਅੱਛਾ, ਉਹ ਗੁੰਮ ਚੱਕਰ ਜਿਹਾ ਵੀ ਹੈਗਾ ਸੀ ਜਿਹੜਾ ਫਾਜ਼ਿਲਕਾ ਹੈਗਾ, ਇੱਥੇ ਨਹੀਂ ਹੋਣਾ ਇਸ ਟਾਈਮ, ਹਾਂ ਹਾਂ, ਉਹ ਪਹਿਲਾਂ ਇੱਥੇ ਸੀ। ਅੱਛਾ, ਅਤੇ ਇੱਥੋਂ ਇਹ ਇਹ ਜਿਵੇਂ ਅਮਰੂਕਾ ਰਿਹਾ, ਇਹ ਸਟੇਸ਼ਨ ਇੱਥੇ ਪਿਆ ਰਿਹਾ 10 ਸਾਲ ਤੱਕ, ਲੈਣ ਵਿੱਚ ਹੀ ਰਹੀ, ਅਤੇ ਇਹ ਸਟੇਸ਼ਨ ਚੱਕਿਆ ਗਿਆ, ਰੇਲਵੇ ਮਹਿਕਮੇ ਨੇ ਕਿਹਾ ਵੀ ਇਹ ਨੇੜੇ ਹੈ ਕਿ ਪਤਾ ਨਹੀਂ ਕੀ ਚੱਕਰ ਹੋਇਆ, ਉਹ ਫਾਜ਼ਿਲਕਾ ਚਲਾ ਗਿਆ। ਅੱਛਾ, ਉਹ ਗੁੰਮ ਚੱਕਰ ਵੀ, ਕੰਡਾ ਵੀ, ਸਭ ਇਹ ਜਿਹੜੇ ਹੈੱਡ ਬਣਿਆ ਨਹੀਂ, ਇੱਥੇ ਇੱਕ ਛੋਟੀ ਗੱਡੀ ਲੈਣ ਆਉਂਦੀ ਸੀ, ਉਹ ਲੈਣਾ ਹੁੰਦੀਆਂ ਸੀ, ਇੱਕ ਵੱਡੀ ਇੱਕ ਛੋਟੀ, ਛੋਟੀ ਲੈਣ ਪਤਲੀ ਹੁੰਦੀ ਸੀ, ਵੱਡੀ ਲੈਣ ਜਿਹੜੀ ਹੁਣ ਹੈ, ਹਾਂਜੀ, ਹੁਣ ਛੋਟੀ ਲੈਣ 'ਚ ਘੱਟ ਹੈ, ਹਾਂ ਹੁਣ ਨਹੀਂ ਹੈਗੀ, ਅਤੇ ਉਹ ਛੋਟੀ ਲੈਣ ਇੱਥੇ ਮਾਲ ਆਉਂਦਾ ਸੀ ਨਾ, ਹੈੱਡ ਸੁਲੇਮਾਨ ਕੇ ਬਣਿਆ, ਹਾਂਜੀ, ਬਜਰੀ, ਸੀਮਟ, ਲੋਹਾ, ਅਤੇ ਉਹ ਡੈਮੇਜ ਲੱਗਦਾ ਸੀ। ਅੱਛਾ, ਅਤੇ ਉਹਨਾਂ ਨੇ ਫਿਰ 33 ਕਿੱਲੇ ਇੱਥੇ ਜ਼ਮੀਨ ਲਈ ਨਹਿਰੀ ਵਿਭਾਗ ਨੇ, ਇਹ ਨਹਿਰੀ ਵਿਭਾਗ ਨੇ ਬਣਾਇਆ, ਅਤੇ ਉਹਨਾਂ ਨੇ ਉਹ ਉੱਥੇ ਅਨਲੋਡ ਕਰਦੇ ਸੀ, ਸੁਲੇਮਾਨ ਕੀ ਰੋਡ, ਸੁਲੇਮਾਨ ਕੇ ਹੈੱਡ ਇੱਥੋਂ ਲੈ ਕੇ ਅਤੇ ਸੁਲੇਮਾਨ ਕੇ ਹੈੱਡ ਤੱਕ, ਹਾਂ, ਉਹ ਲਾਈਨ ਵਿੱਚ ਹੀ, ਲਾਈਨ ਵਿੱਚ ਵੀ, ਠੀਕ ਹੈ, ਉਹਨਾਂ ਦੇ ਆਪਣੀ ਉਹ ਛੋਟੀ ਗੱਡੀ 'ਤੇ ਜਾਂਦਾ ਸੀ, ਜਾਂ ਛੋਟੀ ਗੱਡੀ 'ਤੇ ਆਉਂਦਾ ਸੀ ਅਤੇ ਸਿੱਧੀ ਚੜ, ਕਈ ਵਾਰੀ ਵੱਡੀ ਗੱਡੀ 'ਤੇ ਆਉਂਦਾ ਸੀ ਅਤੇ ਉਹ ਅਨਲੋਡ ਕਰਨਾ ਪੈਂਦਾ ਸੀ, ਅਤੇ ਡੈਮੇਜ ਡੂਮੇਜ ਦਾ ਪਤਾ ਨਹੀਂ ਕੀ ਮਹਿਕਮਾ ਸੀ, ਉਹਨਾਂ ਨੇ ਫਿਰ 33 ਕਿੱਲੇ ਇੱਥੇ ਜ਼ਮੀਨ ਸੀ, ਹੁਣ ਉਹ ਸੇਲ ਹੋਈ ਹੈ, ਰੇਲਵੇ ਵਿਭਾਗ ਦੀ ਸੀ। ਅੱਛਾ, ਅਤੇ ਉਹਦੀ ਜਿਹੜੀ ਛੋਟੀ ਗੱਡੀ ਉਹਦੀ ਜ਼ਮੀਨ ਵੀ ਹੈਗੀ ਹੈ, ਇਹ ਰੇਲਵੇ ਦੀ ਜ਼ਮੀਨ 'ਤੇ ਇਹ ਵਸੇ ਹੋਏ ਨੇ, ਚਾਨਣ ਵਾਲਾ ਅਤੇ ਠੰਗਣੀ ਅਤੇ ਸਾਰੇ ਬਸਤੀ ਹਜ਼ੂਰ ਸਿੰਘ, ਇਹ ਰੇਲਵੇ ਲਾਈਨ 'ਤੇ ਵਸੇ, ਰੇਲਵੇ ਲਾਈਨ ਫਿਰ ਚੱਕ ਕੇ ਲੈ ਗਏ, ਕਿਉਂ ਫਾਜ਼ਿਲਕਾ ਹੋਈ ਅਤੇ ਉਹ ਰੇਲ ਪੱਟ ਪੱਟ ਕੇ ਲੈ ਗਏ, ਹਾਂ,
ਹੋਰ ਪੁੱਛੋ ਤੇ ਜਦੋਂ ਵੰਡ ਹੋਈ ਹੈ ਹਾਂਜੀ ਕੀ ਕੋਈ ਕਾਫਲਾ ਇੱਥੋਂ ਗੁਜ਼ਰਿਆ ਸੀ ਇਸ ਪਿੰਡ ਦੇ ਵਿੱਚੋਂ ਜਾਂ ਉਧਰੋਂ ਹੀ ਗੁਜ਼ਰਦਾ ਰਿਹਾ ਉਹ ਸੁਲੇਮਾਨ ਕੇ ਹੈਡਰ ਸਾਡੇ ਪਿੰਡ ਦਾ ਇਹ ਅਸੂਲ ਸੀ ਹਾਂਜੀ ਸਾਡੇ ਬਜ਼ੁਰਗ ਜਿਹੜੇ ਸੀ ਨਾ ਦੁੱਲਾ ਰਾਮ ਜੀ ਹਾਂਜੀ ਡਾਕੇ ਉਹ ਨਾ ਤਾਂ ਸ਼ਰਾਬ ਪੀਂਦੇ ਸੀ ਅੱਛਾ ਨਾ ਕੋਈ ਨਿੱਚੇ ਸ਼ਿਕਾਰ ਖੇਲਦੇ ਸੀ ਨਾ ਕੋਈ ਛੱਪੜ ਹੁੰਦਾ ਉਸ ਮੱਛੀ ਮੁੱਛੀ ਕੋਈ ਮਤਲਬ ਬਹੁਤ ਵਧੀਆ ਇਨਸਾਨ ਹੈਗੇ ਸੀ ਸਾਫ਼ ਸੁਥਰੇ ਕਹਿ ਸਕਦੇ ਹਾਂ ਆਪਾਂ ਅੱਛਾ ਨਸ਼ਾ ਨਹੀਂ ਸੀ ਕੋਈ ਨਸ਼ਾ ਕੋਈ ਵੀ ਨਹੀਂ ਸੀ ਅਤੇ ਨਾ ਇਸ ਪਿੰਡ ਦਾ ਚੋਰੀ ਕਰਦੇ ਹੁਣ ਵੀ ਇਸ ਪਿੰਡ ਦਾ ਰਿਕਾਰਡ ਸਹੀ ਹੈ ਜੀ ਡੀ ਆਈ ਜੀ ਰਿਕਾਰਡ ਬੀ ਐਸ ਐਫ ਦਾ ਰਿਟਾਇਰ ਹੋਇਆ 1900 ਮੇਰੇ ਕੋਲ ਫੋਟੋ ਉਹਨੇ ਸਾਰੇ ਪੰਜਾਬ 'ਚ ਡੀ ਆਈ ਜੀ ਬੀ ਐਸ ਐਫ ਰਿਟਾਇਰ ਹੋਇਆ ਸਾਰੇ ਪੰਜਾਬ 'ਚ ਸਰਵ ਸ਼੍ਰੇਸ਼ਟ ਪਿੰਡ ਘੋਸ਼ਿਤ ਕੀਤਾ ਵੀ ਇੱਥੇ ਨਾ ਤਾਂ ਬਲੈਕੀ ਹੈ ਨਾ ਇੱਥੇ ਕੋਈ ਬਦਮਾਸ਼ ਹੈ ਇਹ ਚੌਕੀ 'ਚ ਕੋਰਾ ਕਾਗਜ਼ ਹੈ ਅੱਛਾ ਚੌਕੀ ਪਹਿਲਾਂ ਇੱਥੇ ਵਸੀ ਸੀ ਉਹ ਪੀਰ ਦੇ ਡੇਰੇ 'ਚ ਪੀ ਏ ਪੀ 1947 'ਚ ਹਾਂਜੀ ਕੱਚੇ ਕੋਠੇ ਸੀ ਬਾਕੀ ਛੱਪੜ ਛੁੱਪੜ ਸੀ ਉਹ ਜਾਇਆ ਹੋ ਗਏ ਕੱਚੇ ਕੋਠਿਆਂ ਦੇ ਫਿਰ ਉਹ ਕੱਚੇ ਕੋਠੇ ਚੋਣ ਲੱਗ ਗਏ ਮਤਲਬ 47 ਤੋਂ ਅਰਸ਼ਦ ਰਾਜ ਹੋ ਗਏ ਮਤਲਬ ਜ਼ਿਆਦਾ ਉਮਰ ਹੋ ਗਈ ਉਹਨਾਂ ਫਿਰ ਪੀ ਏ ਪੀ ਦਾ ਕੋਈ ਗਵਰਨਰ ਆਇਆ ਇੱਥੇ ਗਵਰਨਰ ਆਪ ਆਇਆ ਪੰਜਾਬ ਦਾ ਇਹ ਰਸਤੇ 'ਚ ਕਾਨੇ ਵੇ ਸਰਕਣ ਦਾ ਵਿਛਾ ਕੇ ਉਹਨੇ ਕਿਹਾ ਵੀ ਇੱਥੇ ਜਵਾਨ ਡਿੱਗ ਜਾਣਗੇ ਫਿਰ ਚੌਧਰੀ ਨੰਦ ਰਾਮ ਦੁੱਲਾ ਰਾਮ ਦਾ ਬੇਟਾ ਚੌਧਰੀ ਨੰਦ ਰਾਮ ਉਹਨੇ ਕੋਠੀ ਬਣਾਈ ਸੀ 105 ਕਮਰੇ ਸੀ ਅੰਡਰਗਰਾਊਂਡ ਕੋਠੀ ਪੱਕੀ ਜਦੋਂ ਐਡ ਬਣਿਆ ਨਾ ਹਾਂਜੀ ਅਤੇ ਉਹ ਉਹਨਾਂ ਨੇ ਕੋਠੀ ਬਣਾਈ ਜਿਹਦੇ ਵਿੱਚ ਇੱਟ ਅਤੇ ਲੋਹਾ ਲੱਗਿਆ ਸੀ ਲੱਕੜੀ ਨਹੀਂ ਲੱਗੀ ਸੀ ਸੱਤ ਗੇਟ ਸੀ ਜੀਅ ਮੰਨ ਲਓ ਰੇਲ ਗੱਡੀ ਕੋ ਜਿੱਕੋ ਸਮਾਨ ਆਇਓ ਜਿੱਤੋਂ ਕੋਠੀ ਕੋ ਸਮਾਨ ਆਇਓ ਉਹ ਬਿਨਾਂ ਸਟੇਸ਼ਨ ਬਿਨਾਂ ਸਟੇਸ਼ਨ ਉਤਰਿਆ ਯਾਂ ਅੱਛਾ ਦੁੱਲਾ ਰਾਮ ਕੀ ਇੱਤੀ ਦਸਤ ਸੀ ਗੱਡੀ ਇੱਥੇ ਮਤਲਬ ਗੱਡੀ ਉੱਥੇ ਰੋਕ ਲਈ ਗੱਡੀ ਮਤਲਬ ਬਗੈਰ ਸਟੇਸ਼ਨ ਬਗੈਰ ਸਟੇਸ਼ਨ ਗੱਡੀ ਕੋਠੀ ਦਾ ਸਮਾਨ ਟੋਟਲ ਸਮਾਨ ਬਗੈਰ ਸਟੇਸ਼ਨ ਉਤਰੀ ਹੈ ਉਹ ਬੰਦਾ ਅੰਦਾਜ਼ਾ ਲਗਾ ਲਓ ਵੀ ਕਿਤੀ ਹੈਸੀਅਤ ਕੇ ਲੋਕ ਥੇ ਉਹ ਹਾਂ ਹੈਸੀਅਤ ਹੈਗੀ ਸੀ ਤਾਂ ਹੀ ਇੰਨੇ ਕਮਰੇ ਤੁਸੀਂ ਦੱਸ ਰਹੇ ਹੋ ਉਹ ਵੀ ਅੰਡਰਗਰਾਊਂਡ ਸਾਰਾ ਪਿੰਡ ਮਤਲਬ ਉਸ ਕੋਠੀ ਦੇ ਅੰਦਰ ਆ ਸਕਦਾ ਸੀ ਤਾਂ ਉਹ ਬੀ ਐਸ ਐਫ ਵਾਲਾ ਨੇ ਕਿਹਾ ਵੀ ਅਸੀਂ ਇੱਥੇ ਚੌਕੀ ਬਣਾਉਣੀ ਹੈ ਵੀ ਤੁਸੀਂ ਤਾਂ ਰਹਿੰਦੇ ਨਹੀਂ ਪਿੰਡ ਰਹਿੰਦੇ ਹੋ ਮਤਲਬ ਜਿਵੇਂ ਜੱਥੇ ਆਉਂਦੇ ਸੀ ਜਾਂ ਕੋਈ ਕਿਸੇ ਸਾਰਾ ਪਿੰਡ ਦੇ ਵਿੱਚ ਵੜ ਜਾਂਦਾ ਸੀ ਅਤੇ ਗੇਟ ਬੰਦ ਹੋ ਜਾਣੇ ਸੀ ਅਤੇ ਮੋਰ ਬੋਲਦੇ ਸੀ ਗੇਟ ਬੰਦ ਹੁੰਦਾ ਸੀ ਮੋਰ ਬਹੁਤ ਹੁੰਦੇ ਸੀ ਇੱਥੇ ਬਾਗ ਇੱਥੇ ਮੋਰ ਵੀ ਹੈਗੇ ਬਹੁਤ ਜ਼ਿਆਦਾ ਕੋਠੀ ਗੇਟ ਬੰਦ ਕਰਦੇ ਆਵਾਜ਼ ਹੁੰਦੀ ਸੀ ਅਤੇ ਮੋਰ ਬੋਲਦੇ ਸੀ ਖੜਕੇ ਤੋਂ ਖੜਕੇ ਤੋਂ ਮੋਰ ਬੋਲਦੇ ਸੀ ਮਤਲਬ ਆਵਾਜ਼ ਵੀ ਵਧੀਆ ਵਧੀਆ ਦੂਸਰੀ ਗੱਲ ਤੁਸੀਂ ਕੀਤੀ ਕਿ ਚੋਰੀ ਨਹੀਂ ਹੁੰਦੀ ਪਿੰਡ 'ਚ ਨਾ ਨਾ ਠੀਕ ਹੈ ਤੀਸਰਾ ਗੱਲ ਨਸ਼ਾ ਨਹੀਂ ਕੋਈ ਕਰਦਾ ਕੋਈ ਨਸ਼ਾ ਨਹੀਂ ਕਰਦਾ ਸੀ ਬਹੁਤ ਵੱਡੀ ਗੱਲ ਹੈ ਇਹ ਪੰਜਾਬ ਆਪਾਂ ਵੇਖੀਏ ਆਪਾਂ ਤਾਂ ਕੀ ਹਾਲ ਹੈਗੇ ਨੇ ਇੱਕ ਕੋਠੀ ਦੀ ਖਾਸ਼ੀਅਤ ਇੱਕ ਹੋਰ ਹੈਗੀ ਸੀ ਹਾਂਜੀ ਉਸ ਕੋਠੀ 'ਤੇ ਜੇ 160 ਕਮਰੇ ਸੀ ਨਾ ਤੁਸੀਂ ਜਿਸ ਕਮਰੇ 'ਚੋਂ ਗਏ ਹੋ ਨਾ ਨੰਗ ਕੇ ਅੰਦਰ ਗਏ ਹੋ ਤਾਂ ਵਾਪਸ ਮਤਲਬ ਉਸ ਕਮਰੇ ਦਾ ਬੂਹਾ ਤੁਹਾਨੂੰ ਨਹੀਂ ਮਿਲੇਗਾ ਤੁਹਾਨੂੰ ਨਹੀਂ ਮਿਲੇਗਾ ਉਹ ਬਾਹਰ ਨਿਕਲਣ ਵਾਲਾ ਗੇਟ ਸਾਨੂੰ ਨਹੀਂ ਮਿਲਦਾ ਸੀ
ਅੱਛਾ, ਮਤਲਬ ਬੱਚੇ ਹੁੰਦੇ ਤੁਸੀਂ ਦੇਖੀ ਸੀ ਉਹ? ਦੇਖੀ ਕੀ ਰਹੇ ਹਾਂ, ਇਹ ਤਾਂ ਬਹੁਤ ਖੇਲੇ ਹੈ ਬੜੇ। ਅੱਜ ਵੀ ਇੱਥੋਂ ਪਾਕਿਸਤਾਨ ਤੁਸੀਂ ਦੱਸ ਰਹੇ ਹੋ ਕਿ 2-3 ਕਿਲੋਮੀਟਰ ਹੀ ਦੂਰ ਹੈ, ਉਸ ਤਰੀਕੇ ਨਹੀਂ, 2 ਕਿਲੋਮੀਟਰ ਦੂਰ ਦੂਰ ਹੈ ਇੱਥੋਂ, ਨਜ਼ਰ ਵੀ ਕਹਿੰਦੇ ਨੇ ਆਉਂਦਾ ਹੈ। ਬਿਲਕੁਲ ਬਿਲਕੁਲ, ਆਪ ਸੁਬਹਾ ਸੁਬਹਾ ਦੇਖੋਗੇ ਨਾ ਡੋਲੇ ਪੇ ਚੜ੍ਹ ਕੇ, ਤਾਂ ਆਪਕੋ 3 ਕਿਲੋਮੀਟਰ ਤੱਕ ਪੂਰਾ ਸਫਾਈ ਸੇ ਪੂਰਾ ਧਿਆਨ ਦਿਖਾਈ ਦੇਗਾ, ਪੂਰਾ ਦਿਖਾਈ ਦੇਗਾ। ਫਿਰ ਵੀ ਬਾਊ ਜੀ, ਜਦੋਂ ਤਣਾਅ ਪੈ ਜਾਂਦਾ ਦੋਵਾਂ ਮੁਲਕਾਂ ਦੇ ਵਿੱਚ, ਉਸ ਟਾਈਮ ਤੇ ਤੁਸੀਂ ਕੀ ਕਰਦੇ ਹੋ? ਫਿਰ ਸਾਨੂੰ ਪਤਾ ਲੱਗ ਗਿਆ ਨਾ ਵੀ ਹੁਣ ਮਿਲਟਰੀ ਆ ਗਈ ਜਾਂ ਖਤਰਾ ਹੈ, ਹਾਂਜੀ, ਤਾਂ ਸਾਡਾ ਪਲਾਨ ਹੈ ਰਿਸ਼ਤੇਦਾਰੀ ਬਾਹਰ ਦਾ, ਬਾਹਰ ਦਾ ਵੀ ਸਮਾਨ ਆਪਣਾ ਬੜਾ ਬੜਾ ਕੀਮਤੀ ਕੀਮਤੀ ਸਮਾਨ ਚੱਕ ਕੇ ਅੱਗੇ ਕਰ ਦਿਓ, ਬਾਕੀ ਇੱਥੇ ਪਿਆ ਰਹਿਣ ਦਿਓ। ਜਵਾਨ ਬੰਦੇ ਇੱਥੇ ਰਹਿ ਜਾਂਦੇ ਨੇ, ਬੱਚੇ ਤੇ ਲੇਡੀਜ਼, ਬੁਜ਼ੁਰਗ ਲੇਡੀਜ਼ ਅੱਗੇ ਨਿਕਾਲ ਦਿਓ ਆਪਣੇ ਰਿਸ਼ਤੇਦਾਰਾਂ 'ਚ ਜਾਂ ਘਰ ਕਿਰਾਏ ਲੈ ਕੇ ਬੈਠੇ ਹੈ, ਕੋਈ ਆਪਦੀ ਜ਼ਮੀਨ ਹੈ ਪਾਸੇ, ਸਾਡੇ ਪਿੰਡ ਦੀ ਬਹੁਤ ਜ਼ਮੀਨ ਪਾਸੇ ਹੈ, ਅੱਛਾ, ਕਈ ਪਿੰਡਾਂ ਕਈ ਘਰਾਂ ਦੀ ਜ਼ਮੀਨ ਪਾਸੇ ਉੱਥੇ ਚਲੇ ਜਾਂਦੇ ਹੈ, ਉੱਥੇ ਚਲੇ ਜਾਂਦੇ ਹੈ। ਅਤੇ ਉਸ ਵਕਤ ਇੱਥੇ ਸਕੂਲ ਤੁਸੀਂ ਦੱਸਿਆ ਵੀ ਨਹੀਂ ਸੀਗਾ, ਕਿਉਂਕਿ ਜਾਂਦੇ ਹੀ ਉੱਧਰ ਸੀਗੇ ਪਿੰਡ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਹੈਗਾ ਉੱਥੇ ਚਲੇ ਜਾਂਦੇ ਸੀਗੇ। ਤੁਸੀਂ ਬਹੁਤ ਅੱਗੇ ਵੀ ਕਦੇ ਗਏ ਹੋ ਉਸ ਤੋਂ ਅੱਗੇ, ਬਹਾਵਲ ਨਗਰ ਜਾਂ ਬਹਾਵਲਪੁਰ ਜਾਂ ਅਮਰੂਕਾ? ਨਹੀਂ, ਇਹ ਗੱਡੀ ਚੜ੍ਹ ਕੇ ਉੱਥੇ ਰਹੇ ਹਾਂ, ਖੋਬਰ ਅਲਡਾਣੀ, ਪੰਚਕੋਸ਼ੀ ਅਲਡਾਣੀ, ਉੱਥੇ ਗਾਹ ਜੋ ਕਰਦੇ ਸੀ ਮੇਰਾ ਤਾਇਆ ਉੱਥੇ ਰਹਿੰਦਾ ਸੀ, ਖੋਬਰ ਵਾਲੀ ਡਾਣੀ, ਇਹ ਪੰਚਕੋਸ਼ੀ ਅਲਡਾਣੀ ਕਹਿੰਦੇ, ਪੰਚਕੋਸ਼ੀ ਵਾਲੀ ਡਾਣੀ, ਪੰਚਕੋਸ਼ੀ ਦੇ ਬਸੇਵਾਨ ਮਤਲਬ ਪਾਕਿਸਤਾਨ ਦੇ ਹੈਗੇ ਨੇ ਪਹਿਲੇ। ਅੱਛਾ, ਉਹ ਪਰਿਵਾਰ ਉੱਥੇ ਰਹਿੰਦੇ ਸੀ? ਰਹਿੰਦੇ ਸੀ, ਖੋਬਰ ਬਾਲੇ ਉੱਥੇ ਰਹਿੰਦੇ ਸੀ, ਅਤੇ ਵੰਡ ਵੇਲੇ ਇੱਥੇ ਆ ਗਏ, ਵੰਡ ਵੇਲੇ ਇੱਥੇ ਆ ਗਏ, ਉਹਨਾਂ ਨੂੰ ਅਲਾਟਮੈਂਟ ਪੰਚਕੋਸ਼ੀ ਹੋ ਗਈ। ਉਸ ਵਕਤ ਕਿਉਂਕਿ ਇੱਥੇ ਸਾਰੇ ਲੋਕ ਹੈਗੇ ਸੀ, ਤੁਸੀਂ ਸ਼ਹਿਰ ਵੀ ਜਾਂਦੇ ਹੋਣੇ ਜਾਂ ਹੋਰ ਪਿੰਡਾਂ ਦੇ ਵਿੱਚ ਵੀ ਜਾਂਦੇ ਹੋ, ਜਿਵੇਂ ਤੁਸੀਂ ਦੱਸਿਆ ਵੀ ਮੁਸਲਿਮ ਭਾਈਚਾਰੇ ਦੇ ਇੱਥੇ ਨਾਲ ਪਿੰਡ ਹੈਗੇ ਸੀਗੇ, ਹੈ ਨਾ, ਇਹਨਾਂ ਨਾਲ ਤੁਹਾਡਾ ਪਿਆਰ ਮੁਹੱਬਤ ਕਿਵੇਂ ਸੀ? ਮੁਸਲਮਾਨਾਂ ਦੇ ਪਿੰਡ ਇੱਥੇ ਖਾਰਾ ਸੀ, ਚੂੜੀ ਵਾਲਾ ਪਿੰਡ ਵਸਦਾ ਸੀ ਨਾ ਜਦੋਂ, ਹਾਂਜੀ, ਅਤੇ ਇੱਥੇ ਚੌਧਰੀ ਆਦ ਰਾਮ ਅਤੇ ਚੌਧਰੀ ਨੰਦ ਰਾਮ ਦੇ ਖੂਹ ਸੀ, ਅਤੇ ਉੱਥੇ ਲਿਖਿਆ ਹੁੰਦਾ ਸੀ ਮੁਸਲਮਾਨਾਂ ਦਾ ਪਾਣੀ ਅਲੱਗ ਅਲੱਗ, ਹਿੰਦੂਆਂ ਦਾ ਪਾਣੀ ਅਲੱਗ ਅਲੱਗ, ਨਾਲੀਆਂ ਤਿੰਨ ਖੂਹ ਅਲੱਗ ਅਲੱਗ, ਨਹੀਂ ਖੂਹ ਇੱਕ ਹੀ, ਖੂਹ ਇੱਕ ਹੈ ਤੇ ਨਾਲੀਆਂ ਬਣੀ ਹੋਈਆਂ, ਨਾਲੀਆਂ ਅਲੱਗ ਅਲੱਗ ਜਾਤੀਆਂ ਦੀ, ਪਾਣੀ ਪਾੜਛੇ 'ਚ ਲੋਹੇ ਦੇ ਪਾੜਛੇ 'ਚ ਲੋਹੇ ਦੀ ਟਿੰਡਾਂ ਹੁੰਦੀ ਸੀ ਨਾ, ਹਾਂਜੀ, ਉਹ ਪਾਣੀ ਡਿੱਗਦਾ ਸੀ ਗੜੋਈ 'ਚ, ਅਤੇ ਗੜੋਈ 'ਚ ਤਿੰਨ ਉਹ ਟੂਟੀਆਂ ਬਣੀਆਂ ਸੀ, ਤਿੰਨ ਸੁਰਾਖ ਬਣਾਏ ਹੋਏ, ਤਿੰਨ ਸੁਰਾਖ ਅਲੱਗ ਅਲੱਗ ਨਾਲੀਆਂ, ਮੁਸਲਮਾਨ ਪਾਣੀ ਇੱਥੋਂ ਭਰਨਗੇ ਤਾਂ ਕਿ ਉਹਨਾਂ ਦਾ ਭਾਂਡਾ ਸਾਡੇ ਨਾ ਲੱਗੇ, ਤਾਂ ਕਿ ਉਹਨਾਂ ਦੇ ਬਰਤਨ ਉਹਨਾਂ ਦਾ ਪਾਣੀ ਸਾਡੇ ਨਾ ਲੱਗੇ, ਇਹ ਹਿੰਦੂਆਂ ਦਾ ਪਾਣੀ ਵੱਖਰਾ, ਤਿੰਨ ਵੱਖਰੇ ਬਣੇ ਹੁੰਦੇ, ਤਿੰਨ ਵੱਖਰੇ ਸੀਗੇ, ਉਹਨਾਂ ਦੇ ਮੁੰਡੇ ਨਾਲ ਜੋ ਕੁੜੇ ਉਹ ਭਲਵਾਨ ਆਉਂਦੇ ਸੀ, ਅਤੇ ਬਈ ਨਾ ਹੋ ਅਤੇ ਉਹ ਗੁਆਚ ਲਿਆ ਕੇ ਫਿਰ ਅੰਦਰ ਆਓ, ਇਸ ਤਰ੍ਹਾਂ ਮਤਲਬ ਉਸ ਟਾਈਮ ਐਜੂਕੇਸ਼ਨ ਦੀ ਘਾਟ ਸੀਗੀ ਬਹੁਤ ਜ਼ਿਆਦਾ, ਅੱਜ ਕੱਲ੍ਹ ਤਾਂ ਆਪਾਂ ਸਾਰੇ ਇੱਕ ਹੀ ਬਰਤਨ ਦੇ ਵਿੱਚ ਖਾਣਾ ਖਾਂਦੇ ਪਏ। ਅੱਛਾ ਬਾਊ ਜੀ, ਤੁਸੀਂ ਮਤਲਬ ਹੋਰ ਕੁਛ ਵੇਖਿਆ ਹੋਵੇ ਆਪਣੇ ਬਚਪਨ ਦੇ ਵਿੱਚ? ਜੱਥੇ ਆਉਂਦੇ ਸੀ, ਗੱਲ ਸੁਣੋ, ਹਾਂਜੀ, ਅਤੇ ਸਾਨੂੰ ਜੱਥਿਆਂ ਨੂੰ ਸਾਡੇ ਪਿੰਡ ਦਾ ਸਾਰੇ ਬੰਦਿਆਂ ਦਾ ਇਹ ਬਣਿਆ ਸੀ ਵੀ ਪਿਆਜ਼ ਅਤੇ ਰੋਟੀਆਂ ਦੇ ਟੋਕਰੇ ਦਿਓ ਜਿਹੜੇ ਇੱਧਰੋਂ ਜੱਥੇ ਆਉਂਦੇ ਆ, ਵੰਡ ਵਕਤ, ਹਾਂ, ਉਹ ਵੱਡੇ ਬੰਦਿਆਂ ਕੋਲ ਰੋਟੀ ਨਹੀਂ ਲੈਂਦੇ ਸੀ ਵੀ ਉਹ ਸਹਿਲੇ ਅਤੇ ਗੰਡਿਆ ਸਿੰਘ ਦੀ ਹੁੰਦੀ ਸੀ ਲੜਾਈ, ਅਤੇ ਵੀ ਰੋਟੀਆਂ ਦੇ ਬਹਾਨੇ ਸਾਡੀ ਔਰਤਾਂ ਛੀਨ ਲੈਣਗੇ ਜਾਂ ਸਾਡਾ ਧਨ ਛੀਨ ਲੈਣਗੇ, ਅਤੇ ਉਹ ਸੀ
ਛੋਟੇ ਛੋਟੇ ਬੱਚਿਆਂ ਦੇ ਸਿਰ 'ਤੇ ਟੋਕਰੇ ਪਾ ਕੇ ਅਸੀਂ ਜਾਂਦੇ ਸੀ। ਮੀਂਹ ਬਹੁਤ ਵਰਸਦਾ ਸੀ। ਅੱਛਾ। ਜਦੋਂ ਉਸ ਸਾਲ 47 ਵਿੱਚ ਬਾਰਿਸ਼ਾਂ ਬਹੁਤ ਹੋਈਆਂ ਅਤੇ ਪਾਣੀ ਹੁੰਦਾ ਸੀ, ਅਤੇ ਪਾਣੀ ਦੇ ਵਿੱਚ ਅਸੀਂ ਪਿਆਜ਼ ਅਤੇ ਰੋਟੀਆਂ ਸਾਡੇ ਪਿੰਡ ਵਾਲੇ ਸਾਰੇ ਘਰਾਂ ਚੁੱਲ੍ਹੇ ਜਾ ਕੇ ਉਹਨਾਂ ਦਿੰਦੇ ਸੀ, ਅਤੇ ਉਹ ਜਿਹੜੇ ਛੋਟੇ ਬੱਚਿਆਂ ਕੋਲ ਹੁੰਦੇ ਸੀ ਤਾਂ ਉਹ ਆ ਕੇ ਰੋਟੀਆਂ ਲੈ ਜਾਂਦੇ, ਜੱਥੇ ਬੋਲ ਜਾਂਦੇ ਸੀ ਰੇਲਵੇ ਲਾਈਨ ਦੇ ਨਾਲ, ਇੱਧਰੋਂ ਵੀ ਜੱਥਾ ਆਉਂਦਾ ਸੀ, ਇੱਧਰੋਂ ਵੀ ਆਉਂਦਾ। ਸਾਡੇ ਪਿੰਡ ਦੇ ਨਾਂ 'ਤੇ ਕਿਸੇ ਨੇ ਲੁੱਟਿਆ, ਨਾ ਕਿਸੇ ਕੋਲ ਕੁਝ ਖੋਇਆ, ਇਮਦਾਦ ਹੀ ਕੀਤੀ ਹੈ ਅਤੇ ਨਾ ਰੋਟੀ ਖੋ। 1947 ਤੋਂ ਬਾਅਦ ਮਤਲਬ ਉਹ ਸਾਡਾ ਪਿੰਡ ਬੁਰੇ ਕੰਮਾਂ 'ਚ ਨਹੀਂ ਸੀ ਸਾਡੇ ਪਿੰਡ। ਅੱਛਾ, ਜਿਹੜਾ ਤੁਸੀਂ ਕਾਫਲਾ ਦੱਸਦੇ ਹੋ ਉਹ ਕਿਸੇ ਵੀ ਬਰਾਦਰੀ ਦਾ ਹੋਵੇ ਉਹ ਉਹਨਾਂ ਨੂੰ ਮਤਲਬ ਦਿੰਦੇ ਸੀਗੇ? ਆਉਂਦੇ ਆ ਅਤੇ ਬੱਚੇ ਆਉਂਦੇ ਪੁੰਨ ਦੇ ਹਿਸਾਬ ਨਾਲ ਵੀ ਰੋਟੀਆਂ ਉਹਨਾਂ ਨੂੰ ਦੇ ਆਓ, ਅਸੀਂ ਕੋਈ ਨਹੀਂ। ਅੱਛਾ, ਇੱਧਰੋਂ ਆਇਆ ਤਾਂ ਦੇ ਆਓ ਬਈ। ਹਾਂ, ਵੱਡਿਆਂ ਕੋਲ ਇਸ ਕਰਕੇ ਨਹੀਂ ਲੈਂਦੇ ਸੀ ਵੀ ਡਰ ਹੁੰਦਾ ਸੀਗਾ ਕਿਤੇ ਇਹਨਾਂ ਦੇ ਮਾਰ ਨਾ ਦੇਵੇ। ਜਾਂ ਅਸੀਂ ਸਾਡੇ ਪਿੰਡ 'ਚ ਨਾ ਤਾਂ ਕਿਸੇ ਨੂੰ ਲੁੱਟਣ ਦਿੱਤਾ ਅਤੇ ਨਾ ਹੀ ਲੁੱਟਿਆ, ਇਮਦਾਦ ਹੀ ਕੀਤੀ ਹੈ। ਇਮਦਾਦ ਹੀ ਕੀਤੀ ਜੀ। ਬਾਈ, ਤੁਸੀਂ ਦੱਸ ਰਹੇ ਹੋ ਕਿ ਜਿਹੜਾ ਕਾਫਲਾ ਇੱਥੋਂ ਗੁਜ਼ਰਿਆ ਸੀ ਇੱਕ ਬੱਚਾ ਸੀਗਾ, ਉਹ ਕੀ ਦਾਸਤਾਨ ਹੈ ਉਹ ਸਾਨੂੰ ਦੱਸੇ। ਇਸ ਤਰ੍ਹਾਂ ਸੀ, ਹਾਂਜੀ, ਜੱਥਾ ਪਿੱਛੋਂ ਆਇਆ ਸੀ ਇੱਧਰ ਫਾਜ਼ਿਲਕਾ ਵਾਲੇ ਪਾਸੇ, ਉਹ ਪਾਕਿਸਤਾਨ ਜਾਂਦਾ ਸੀ। ਅੱਛਾ। ਅਤੇ ਉਹ ਉਹਨਾਂ ਦੇ ਵਿੱਚ ਔਰਤਾਂ ਸੀ ਵੱਡੇ ਸਰੀਰ ਦੀਆਂ ਛੋਟੇ ਬੱਚਿਆਂ ਵਾਲੀ, ਅਤੇ ਉਹ ਚੱਲ ਨਹੀਂ ਸਕਦੀਆਂ ਸੀ, ਥਕਾਵਟ ਹੋ ਗਈ, ਬਾਰਿਸ਼ ਜ਼ਿਆਦਾ ਹੁੰਦੀ ਸੀ, ਅਤੇ ਮੇਰਾ ਪਿਤਾ ਅਤੇ ਅਸੀਂ ਉਹ ਗਾਈਆਂ ਚਰਾਉਂਦੇ ਸੀ। ਅੱਛਾ। ਅਤੇ ਉਹ ਉਹਨਾਂ ਦੇ ਬੰਦੇ ਹੀ ਵਾਪਸ ਆਏ ਭੱਜ ਕੇ, ਅਤੇ ਉਹਨਾਂ ਨੂੰ ਮਤਲਬ ਮਾਰ ਕੇ ਚਲੇ ਗਏ। ਅਸੀਂ ਤਾਂ ਘਰ ਆ ਗਏ ਸਵੇਰੇ, ਮੇਰੇ ਪਿਤਾ ਜੀ ਉੱਧਰ ਗਾਈਆਂ ਲੈ ਕੇ ਗਏ, ਅਤੇ ਇੱਕ ਬੱਚਾ ਉਸ ਔਰਤ ਦੇ ਛਾਤੀ ਦੇ ਉੱਤੇ ਪਿਆ ਸੀ ਅਤੇ ਸਾਹ ਆਉਂਦਾ ਸੀ। ਫਿਰ ਮੇਰੇ ਪਿਤਾ ਉਹਨੂੰ ਚੱਕ ਕੇ ਲਿਆ ਅਤੇ ਲਿਆ ਕੇ ਇੱਥੇ ਪਿੰਡ ਦੇ ਵਿੱਚ ਸ਼ੱਗ ਵਾਲਾ ਨਿੰਮ ਹੁੰਦਾ ਸੀ, ਨਿੰਮ ਹੁੰਦਾ ਸੀ ਕਿ ਜਦੋਂ ਉਹਨੂੰ ਸੱਗ ਵਾਲਾ ਨਿੰਮ ਕਹਿੰਦੇ, ਇੱਥੇ ਇਕੱਠੇ ਹੋਏ ਸਾਰਾ ਪਿੰਡ ਬਈ ਕੀ ਕਰੀਏ ਇਸ ਬੱਚੇ ਦਾ, ਇਹ ਬੱਚਾ ਜਿੰਦਾ। ਫਿਰ ਅਸੀਂ ਕਰਨੀ ਖੇਡੇ ਦਾ ਈਸਾਈ ਜਾਤੀ ਦਾ ਇੱਕ ਕੋਈ ਕਪਲ ਸੀ, ਉਹ ਕਹਿੰਦੇ ਵੀ ਅਸੀਂ ਪਾਲ ਲਾਂਗੇ, ਸਾਡੇ ਕੋਲ ਬੱਚਾ ਨਹੀਂ ਹੈ। ਅਤੇ ਉਹ ਉਸ ਬੱਚੇ ਨੂੰ ਉਹ ਲੈ ਗਏ, ਉਹ ਬੱਚੇ ਨੂੰ ਉਹਨਾਂ ਪਾਲਿਆ, ਪਾਲ ਕੇ ਉਹ ਬੱਚਾ ਸਾਡੇ ਸੁਣਨ 'ਚ ਆਇਆ ਵੀ ਓਵਰਸ਼ੀਅਰ ਬਣ ਗਿਆ ਸੀ, ਤਾਂ ਉਹਨਾਂ ਨੇ ਮੈਨੂੰ ਪੜ੍ਹਾਇਆ ਵੀ ਉਹ ਅਫਸਰ ਬਣ ਗਿਆ ਹੈ, ਅਤੇ ਉਹ ਮੈਨੂੰ ਨਾਂ ਨਹੀਂ ਆਉਂਦੇ, ਉਹ ਯਾਦ ਆਉਂਦਾ ਈਸਾਈ ਦਾ ਵੀ ਕਿਸ ਪਰਿਵਾਰ ਦਾ, ਈਸਾਈਆਂ ਦੇ ਘਰ ਸੀ ਕਟਿੰਗ ਖੇੜੇ, ਹੁਣ ਵੀ ਹੈਗੇ ਨੇ। ਇੱਕ ਗਾਮ ਖਾਨਪੁਰ 1971, ਇਹ ਅੱਛਾ 1971 ਦੀ ਫੋਟੋ ਹੈ। ਹਾਂ ਜੀ, ਇਹ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ, ਬਲਰਾਮ ਸਿੰਚਾਈ ਮੰਤਰੀ ਸੀ, ਰਾਧਾ ਕ੍ਰਿਸ਼ਨ MLA ਸੀ, ਇਹ ਕਾਸ਼ੀ ਰਾਮ MLA ਖੜਾ। ਹਾਂਜੀ, ਯਾਨੀ ਇਹ ਮੰਜੇ ਕਬੂਲ ਸ਼ਾਹ ਪਿੰਡ ਨੂੰ ਲਿਆਏ ਸੀ ਚਾਰ। ਅੱਛਾ ਅੱਛਾ। ਇਹ 31 ਪਿੰਡਾਂ ਦੇ ਜਿਹੜੇ ਉਹ ਸਰਪੰਚ ਹੈ ਜਿਨ੍ਹਾਂ ਦੇ ਪਿੰਡ ਪਾਕਿਸਤਾਨ 'ਚ ਹੈ, ਮੈਂ ਇੱਥੇ ਖੜਾ, ਇਹ ਖੜਾ, ਇਹ ਕਾਗਜ਼ ਮੇਰੇ ਹੱਥ। ਹਾਂਜੀ, ਕੋਟ ਪਾਇਆ, ਚਾਦਰ ਬੰਦੀ, ਹਾਂ ਕੋਟ ਵਾਲੇ ਹੈ। ਹਾਂ, ਸਮਝੇ ਨਹੀਂ, ਮਤਲਬ ਪੂਰੀ ਸਿਆਸਤ ਇੱਥੇ, ਜੋ ਮੁੱਖ ਮੰਤਰੀ ਵੀ ਬੈਠਾ ਹੈ, ਮੇਰੇ ਕੋਲ 31 ਪਿੰਡਾਂ ਦਾ ਠੇਕਾ। ਹੋਰ ਵੀ ਹੈਗੇ ਪੁਰਾਣੀਆਂ ਫੋਟੋ? ਨਹੀਂ, ਹੋਰ ਨਹੀਂ। ਪਿੰਡ ਬਹੁਤ ਖੂਬਸੂਰਤ ਹੈ। ਹਾਂ, ਅੰਦਰ ਜਾ ਕੇ ਦੇਖੋ, ਅੰਦਰੋਂ ਜਦੋਂ ਜਾ ਕੇ ਦੇਖਦੇ ਹਾਂ
ਤਾਂ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਐਡੀਆਂ ਖੁੱਲ੍ਹੀਆਂ ਹਵੇਲੀਆਂ ਬਹੁਤ ਘੱਟ ਨਜ਼ਰ ਆਉਂਦੀਆਂ ਨੇ ਇਸ ਇਲਾਕੇ ਬਾਰਡਰ ਦੇ ਇਲਾਕੇ 'ਚ ਖਾਸ ਤੌਰ 'ਤੇ, ਕਿਉਂਕਿ ਪਾਕਿਸਤਾਨ ਇੱਥੋਂ 2 ਕਿਲੋਮੀਟਰ ਦੂਰ ਹੈ, ਦੋ ਵਾਰੀ ਉੱਜੜ ਗਿਆ ਅਤੇ ਦੋ ਵਾਰੀ ਉੱਜੜਿਆ ਵੀ ਹੈ। ਪਿੰਡ ਦੀ ਖਾਸੀਅਤ ਵੀ ਦੱਸੀ ਹੈ ਬਾਊ ਜੀ ਨੇ। ਤਾਂ ਇਹੋ ਜਿਹੀਆਂ ਜਿਹੜੀਆਂ ਸਟੋਰੀਆਂ ਨੇ ਜਾਂ ਤੁਹਾਡੇ ਅਣਸੁਣੀਆਂ ਨੇ, ਇਹ ਆਉਣ ਵਾਲੀ ਪੀੜ੍ਹੀ ਨੂੰ ਕਿਸੇ ਨਾ ਕਿਸੇ ਵਕਤ ਕੰਮ ਦੇਵੇਗੀ। ਇਹੋ ਜਿਹੀਆਂ ਸਟੋਰੀਆਂ, ਉਹਨਾਂ ਪੀੜ੍ਹੀਆਂ ਨੂੰ ਇਹੋ ਜਿਹੀਆਂ ਸਟੋਰੀਆਂ ਦਿਖਾਓ ਤਾਂ ਕਿ ਉਹਨਾਂ ਦੇ ਬੱਚੇ ਵੀ ਇਹਨਾਂ ਤੋਂ ਕੁਝ ਸਿੱਖਿਆ ਲੈ ਸਕਣ ਔਰ ਪਿੰਡ ਨੂੰ ਨਸ਼ਾ ਮੁਕਤ ਬਣਾ ਸਕਣ। ਸਾਰਾ ਪੰਜਾਬ, ਚਾਹੇ ਉਹ ਚੜ੍ਹਦਾ ਪੰਜਾਬ ਹੈ ਚਾਹੇ ਲਹਿੰਦਾ ਪੰਜਾਬ ਹੈ, ਨਸ਼ੇ ਨੇ ਘੇਰ ਰੱਖਿਆ। ਜੁੜੇ ਰਹੋ ਸਾਡੇ ਨਾਲ, ਅਸੀਂ ਸਮੇਂ ਸਮੇਂ 'ਤੇ ਤੁਹਾਨੂੰ ਹੋਰ ਵੀ ਇਹੋ ਜਿਹੀਆਂ ਖੂਬਸੂਰਤ ਜਿਹੜੀਆਂ ਦਾਸਤਾਨ ਨੇ ਉਹ ਦਿਖਾਉਂਦੇ ਰਹਾਂਗੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।